ਚੰਗੀ ਅਤੇ ਵਧੀਆ ਸੋਚ ਦੇ ਧਾਰਨੀ ਹੋਣਾ ਬਹੁਤ ਵਧੀਆ ਗੱਲ ਹੈ, ਪਰ ਜੇ ਕੋਈ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕਾਮਯਾਬ ਹੋ ਜਾਵੇ ਤਾਂ ਸਮਝੋ ਉਸਦਾ ਦੁਨੀਆਂ ਵਿੱਚ ਆਉਣ ਦਾ ਮਕਸਦ ਪੂਰਾ ਹੋ ਗਿਆ। ਅਜਿਹੇ ਲੋਕ ਦੁਨੀਆਂ ਤੋਂ ਜਾਣ ਲੱਗਿਆ ਬਹੁਤੀ ਦੇਰ ਨਹੀਂ ਲਾਉਂਦੇ। ਇਸੇ ਲਈ ਕਿਸੇ ਨੇ ਕਿਹਾ ਹੈ ਕਿ ਚੰਗੇ ਲੋਕਾਂ ਦੀ ਰੱਬ ਨੂੰ ਵੀ ਬਹੁਤ ਲੋੜ ਹੈ ਅਤੇ ਉਹ ਇਹਨਾਂ ਲੋਕਾਂ ਨੂੰ ਜਲਦੀ ਵਾਪਸ ਬੁਲਾ ਲੈਂਦਾ ਹੈ। ਸ਼ਾਇਦ ਇਸੇ ਕਰਕੇ ਸਰਦਾਰ ਸ਼ਿੰਗਾਰਾ ਸਿੰਘ ਸੋਢੀ ਗਿਆਨ ਦਾ ਚਾਨਣ ਵੰਡਦਿਆਂ ਦੁਆਬਾ ਮਾਡਲ ਹਾਈ ਸਕੂਲ ਸਾਲੋਂ ਦੀ ਸਥਾਪਨਾ ਕਰਕੇ ਆਪਣੇ ਦੋਸਤਾਂ ਨੂੰ ਕਹਿ ਗਿਆ, ਇੱਥੋਂ ਤੱਕ ਮੇਰਾ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਇਹ ਸਕੂਲ ਤੁਹਾਡੇ ਹਵਾਲੇ, ਵਿਦਿਆ ਦਾ ਚਾਨਣ ਵੰਡਦੇ ਰਹਿਣਾ। ਅਗਲਾ ਸਫ਼ਰ ਮੈਂ ਇਕੱਲੇ ਤੈਅ ਕਰਾਂਗਾ। ਜਿਨ੍ਹਾਂ ਵਿਦਿਆਰਥੀਆਂ ਨੂੰ ਸਰਦਾਰ ਸ਼ਿੰਗਾਰਾ ਸਿੰਘ ਸੋਢੀ ਦਿਨ ਰਾਤ ਮੁਸ਼ਕਤ ਕਰਕੇ ਵਿਦਿਆ ਦੇ ਚਾਨਣ ਵੰਡਦੇ ਰਹੇ, ਭਾਵੇਂ ਉਹ ਵਿਦਿਆਰਥੀ ਉਸ ਨੂੰ ਰੋਜ਼ ਯਾਦ ਕਰਦੇ ਨੇ, ਪਰ ਜਿਸ ਦਿਨ ਉਹ ਸਭ ਨੂੰ ਅਲਵਿਦਾ ਆਖ ਗਿਆ, ਉਹ 5 ਨਵੰਬਰ ਦਾ ਦਿਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਾਲੋਂ ਦੇ ਇਲਾਕਾ ਨਿਵਾਸੀਆਂ ਲਈ ਵੱਖਰੀ ਕਿਸਮ ਦਾ ਸੁਨੇਹਾ ਲੈ ਕੇ ਆਉਂਦਾ ਹੈ। ਸਰਦਾਰ ਸ਼ਿੰਗਾਰਾ ਸਿੰਘ ਜੀ ਦੀਆਂ ਕਾਲਨਾਵਾਂ ਨੂੰ ਅਗਲੀ ਪੀੜ੍ਹੀ ਤੱਕ ਉਜਾਗਰ ਕਰਨ ਲਈ ਦੁਆਬਾ ਮਾਡਲ ਹਾਈ ਸਕੂਲ ਸਾਲੋਂ ਵਿਖੇ 5 ਨਵੰਬਰ ਨੂੰ ਹਰ ਸਾਲ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਨੂੰ ਸਕੂਲ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀ ਰਲ ਕੇ ਨੇਪਰੇ ਚਾੜਦੇ ਹਨ। ਸਵੇਰ ਵੇਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਸਮੂਹ ਸੰਗਤ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਉਸ ਅਕਾਲ ਪੁਰਖ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਬੇਟੀ ਦਮਨਪ੍ਰੀਤ ਕੌਰ ਤੇ ਸਾਥਣਾ ਵੱਲੋਂ ਸ਼ਬਦ ਗਾਇਨ ਰਾਹੀਂ ਇਲਾਹੀ ਬਾਣੀ ਵਿੱਚ ਰੰਗਿਆ ਮਾਹੌਲ ਸਿਰਜਣ ਦੀ ਸ਼ੁਰੂਆਤ ਕੀਤੀ ਗਈ। ਬੋਲਦਿਆਂ ਸਕੂਲ ਦੇ ਸੰਸਥਾਪਕ ਸਰਦਾਰ ਸ਼ਿੰਗਾਰਾ ਸਿੰਘ ਜੀ ਦੀ ਜੀਵਨੀ ਸੰਬੰਧੀ ਰਮਨਦੀਪ ਕੌਰ ਵੱਲੋਂ ਭਰਪੂਰ ਜਾਣਕਾਰੀ ਦਿੱਤੀ ਗਈ। ਆਪ ਜੀ ਨੇ ਪਿੰਡ ਸਾਲੋਂ ਵਿੱਚ 1981 ਈਸਵੀ ਵਿੱਚ ਸਿਰਫ 30 ਬੱਚਿਆਂ ਨਾਲ ਇਸ ਦੁਆਬਾ ਮਾਡਲ ਹਾਈ ਸਕੂਲ ਦੀ ਸਥਾਪਨਾ ਕੀਤੀ। ਸਰ ਜੀ ਦੀ ਅਣਥੱਕ ਮਿਹਨਤ ਤੇ ਉੱਦਮ ਸਦਕਾ ਅੱਜ ਇਹ ਗਿਣਤੀ 450 ਤੱਕ ਪਹੁੰਚ ਚੁੱਕੀ ਹੈ। ਸਰ ਜੀ ਦੀ ਸਖ਼ਤ ਮਿਹਨਤ ਕਰਕੇ 1999 ਵਿੱਚ ਮੌਜੂਦਾ ਬਿਲਡਿੰਗ ਮੁਕੰਮਲ ਕਰਵਾਈ। ਇਸ ਵਿੱਚ ਆਪ ਜੀ ਦੀ ਪਤਨੀ ਮੈਡਮ ਗੁਰਬਖਸ਼ ਕੌਰ ਜੀ ਅਤੇ ਆਪ ਦੇ ਪਰਿਵਾਰ ਨੇ ਆਪ ਦਾ ਪੂਰਾ ਸਾਥ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹੇਮਰਾਜ ਜੀ ਵੱਲੋਂ ਸਕੂਲ ਦੀ ਪ੍ਰਾਪਤੀਆਂ ਦੱਸਣ ਦੇ ਨਾਲ ਨਾਲ ਆਏ ਹੋਏ ਇਲਾਕਾ ਨਿਵਾਸੀਆਂ ਨੂੰ ਵੀ ਜੀ ਆਇਆਂ ਨੂੰ ਕਿਹਾ ਗਿਆ। ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਦਾਰ ਸ਼ਿੰਗਾਰਾ ਸਿੰਘ ਜੀ ਦੀ ਦੂਰ ਦ੍ਰਿਸ਼ਟੀ ਅਤੇ ਸਖ਼ਤ ਮਿਹਨਤ ਦਾ ਹੀ ਸਿੱਟਾ ਹੈ ਕਿ ਜੋ ਸਕੂਲ ਕਦੇ 25 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਸੀ, ਅੱਜ ਉੱਥੇ 450 ਵਿਦਿਆਰਥੀ ਵਿਦਿਆ ਗ੍ਰਹਿਣ ਕਰ ਰਹੇ ਹਨ। ਸਰਦਾਰ ਸ਼ਿੰਗਾਰਾ ਸਿੰਘ ਜੀ ਵਰਗੇ ਵਧੀਆ ਇਨਸਾਨ ਨੂੰ ਇਸ ਦੁਨੀਆ ਤੇ ਪੈਦਾ ਕੀਤਾ ਔਰ ਉਹ ਇਸ ਦੁਨੀਆ ਤੇ ਆਪ ਤਾਂ ਨਹੀਂ ਰਹੇ ਪਰ ਲੋਕਾਂ ਨੂੰ ਇੱਕ ਇਹੋ ਜਿਹੀ ਅਦੁੱਤੀ ਬਡਮੁੱਲੀ ਚੀਜ਼ ਪੇਂਟ ਕਰਕੇ ਗਏ ਆ ਕਿ ਜੋ ਲੋਕ ਹਨੇਰੇ ਵਿੱਚ ਸੀ। ਇਸ ਸਮਾਗਮ ਵਿੱਚ ਜ਼ਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਕਰਤਾਰ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ, ਜਿਨ੍ਹਾਂ ਦਾ ਸ਼੍ਰੀਮਤੀ ਗੁਰਬਖਸ਼ ਕੌਰ ਜੀ ਚੇਅਰਪਰਸਨ ਅਤੇ ਜਸਪ੍ਰੀਤ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਸਮੂਹ ਸਟਾਫ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਨੇ ਸਭ ਤੋਂ ਪਹਿਲਾਂ ਸਵਰਗੀ ਸਰਦਾਰ ਸ਼ਿੰਗਾਰਾ ਸਿੰਘ ਜੀ ਦੀ ਫੋਟੋ ਤੇ ਫੁੱਲ ਪੇਂਟ ਕਰਕੇ ਆਪਣੀ ਸ਼ਰਧਾ ਦਾ ਇਜ਼ਹਾਰ ਕੀਤਾ। ਮੰਚ ਤੋਂ ਸੰਬੋਧਨ ਕਰਦਿਆਂ ਸਰਦਾਰ ਕਰਤਾਰ ਸਿੰਘ ਹੋਰਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸੁਚੱਜੇ ਪ੍ਰਬੰਧ ਲਈ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਵਿਭਾਗ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੁਆਬਾ ਹਾਈ ਸਕੂਲ ਸਾਲੋਂ ਦੇ ਸੰਸਥਾਪਕ ਸਵਰਗਵਾਸੀ ਸਰਦਾਰ ਸ਼ਿੰਗਾਰਾ ਸਿੰਘ ਜੀ ਦੀ ਵਰਸੀ ਦੇ ਸਮੇਂ ਮੈਂ ਉਸ ਪਵਿੱਤਰ ਆਤਮਾ ਨੂੰ ਨਮਨ ਕਰਦਾ ਹਾਂ। ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੀ ਧਰਮ ਪਤਨੀ ਜੀ, ਉਹਨਾਂ ਦੇ ਭਰਾ ਸਾਹਿਬ, ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਇਸ ਸੰਸਥਾ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਹੇਮਰਾਜ ਜੀ ਵੀ ਇਹਨਾਂ ਦਾ ਸਾਥ ਦਿੰਦੇ ਹੋਏ ਇਸ ਸੰਸਥਾ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦੇ ਲਈ ਨਿਸ਼ਕਾਮ ਸੇਵਾ ਦੇ ਵਿੱਚ ਲੱਗੇ ਹੋਏ ਨੇ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ
कि परमात्मा इन्हां ते मेहर भरिया हाथ रखे अते विछड़ी आत्मा नूं अपने चरणां दे विच निवास देवे अते पिछे परिवार नूं पाणा मनण दा बल बख्शे। उप जिला सिक्ख्या अफसर वालों विद्या अते खेडां दे खेतर विच मल्ला मारन वाले विद्यार्थियों नूं सन्मानित भी किया गया। बेटी राजबीर कौर वालों साहिब श्री गुरु ग्रंथ साहिब जी की पवित्र बाणी संबंधी मंच तो विचार पेश किए गए। जगत गुरु पातशाही पहली श्री गुरु नानक देव जी की बाणी अते जीवन संबंधी विचारां दी सांझ सिमरनजीत कौर वालों पाई गई। वडेरे उद्देश दी पूर्ति लई सब सुख आराम अते नवाब दौलत खान लोधी दे मोदी खाने दे मोदी दा अहुदा त्याग दिता। आप सुल्तानपुर दी धरत सुहावी तो ना कोई हिंदू ना मुसलमान दा नारा बुलंद कर दिया संसार नूं तारन लई चल पए। स्कूल अध्यापिका श्रीमती तरमिंदर कौर वालों शब्द कीर्तन दी पुख्ता पेशकारी सलाहन योग रही। गुरदीप सिंह राय दे जत्थे वल्लों शब्द कीर्तन राही इलाही माहौल दी सिरजना कीती गई। ਪ੍ਰਬੰਧਕਾਂ ਵੱਲੋਂ ਉਹਨਾਂ ਦਾ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨ ਵੀ ਕੀਤਾ ਗਿਆ। ਇਲਾਕੇ ਦੀ ਧਾਰਮਿਕ ਸ਼ਖਸੀਅਤ ਸਰਦਾਰ ਗੁਰਚਰਨ ਸਿੰਘ ਬਸਿਆਲਾ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਧਾਰਮਿਕ ਪ੍ਰੀਖਿਆ ਵਿੱਚ ਸ਼ਾਮਲ ਹੋਣ ਨੂੰ ਸ਼ਲਾਘਾਯੋਗ ਕਦਮ ਦੱਸਿਆ। ਉਹਨਾਂ ਵੱਲੋਂ ਧਾਰਮਿਕ ਖੇਤਰ ਵਿੱਚ ਜਿੱਤਾਂ ਦਰਜ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਮਾਣ ਸਤਿਕਾਰ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਸ਼੍ਰੀਮਤੀ ਗੁਰਬਖਸ਼ ਕੌਰ ਚੇਅਰਪਰਸਨ ਅਤੇ ਸਰਦਾਰ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਰਦਾਰ ਦਿਲਾਵਰ ਸਿੰਘ ਸਮੇਤ ਪਹੁੰਚੇ ਸ਼ਖਸੀਅਤਾਂ ਦਾ ਮਾਣ ਸਨਮਾਨ ਕੀਤਾ ਗਿਆ। ਬਾਬੇ ਨਾਨਕ ਵੱਲੋਂ ਆਰੰਭੇ ਲੰਗਰ ਦਾ ਸਮੁੱਚੀ ਸੰਗਤ ਨੇ ਆਨੰਦ ਮਾਣਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਲ ਸਨ। ਇਸ ਸਮੁੱਚੇ ਸਮਾਗਮ ਅਤੇ ਪ੍ਰਾਪਤੀਆਂ ਲਈ ਸਕੂਲ ਸਟਾਫ ਦਾ ਵੀ ਅਹਿਮ ਯੋਗਦਾਨ ਹੈ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਦੇ ਸਮਾਗਮ ਵਿੱਚ ਪ੍ਰਿੰਸੀਪਲ ਇੰਦਰ ਮੋਹਨ, ਜਸਪ੍ਰੀਤ ਸਿੰਘ, ਸ਼੍ਰੀਮਤੀ ਗੁਰਬਖਸ਼ ਕੌਰ, ਪ੍ਰਿੰਸੀਪਲ ਹੇਮਰਾਜ ਅਤੇ ਦਿਲਾਵਰ ਸਿੰਘ ਜੀ ਵੀ ਹਾਜ਼ਰ ਸਨ। ਅੰਤ ਵਿੱਚ ਸਰਦਾਰ ਮਨਦੀਪ ਸਿੰਘ, ਪ੍ਰਬੰਧਕੀ ਨਿਰਦੇਸ਼ਕ ਨੇ ਅਵਤਾਰ ਸਿੰਘ ਗੋਬਿੰਦਪੁਰੀ ਨਵਾਂ ਸ਼ਹਿਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਰਦਾਰ ਸ਼ਿੰਗਾਰਾ ਸਿੰਘ ਸੋਢੀ ਨੂੰ ਉਹਨਾਂ ਦੇ ਦੂਜੀ ਸਾਲਾਨਾ ਸਮਾਗਮਾਂ ਵਿੱਚ ਯਾਦ ਕਰਦਿਆਂ ਉਹਨਾਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਪਹਿਲਾਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਬਾਬੇ ਨਾਨਕ ਦੀ ਪ੍ਰਥਾ ਨੂੰ ਅੱਗੇ ਤੋਰਦੇ ਹੋਏ ਲੰਗਰ ਵਰਤਾਇਆ ਗਿਆ। ਇਹ ਸਕੂਲ ਉਹਨਾਂ ਦੇ ਯਤਨਾਂ ਸਦਕਾ ਦਸਵੀਂ ਤੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਸਕੂਲ ਨੂੰ ਪਲੱਸ ਟੂ ਮੈਡੀਕਲ ਨੋਨ ਮੈਡੀਕਲ ਦੇ ਨਾਲ ਮਾਨਤਾ ਦਵਾਈ ਜਾਵੇ। ਅੱਜ ਉਹਨਾਂ ਨੂੰ ਯਾਦ ਕਰਦਿਆਂ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਉਹਨਾਂ ਦੇ ਯਤਨਾਂ ਨੂੰ ਅੱਗੇ ਜਾਰੀ ਰੱਖਿਆ ਜਾਵੇਗਾ ਅਤੇ ਬੱਚਿਆਂ ਦੇ ਭਵਿੱਖ ਨੂੰ ਹੋਰ ਵਧੀਆ ਬਣਾਇਆ ਜਾਵੇਗਾ।